ਨਾਲ ਔਰ ਸਾਲਾ ਬੈਠਾ ਗੱਡੀ ਆ ਕੀਦਤ ਨਾਲ। ਹਾਂਜੀ ਕਿਹੜਾ ਮੁੰਡਾ ਸੀ? ਪਹਿਲਾਂ ਮੈਨੂੰ ਤਾਂ ਹੋਰ ਚਾਲਾਂ ਤੇ ਕਿਉਂਕਿ ਮੈਂ ਜਿਹੜੇ ਪਹਾੜ ਵੇਖੇ ਆ ਨਾ। ਨਹੀਂ ਪੁਰਾਣਾ ਆਦਮੀ ਆ, ਤੇਰੀ ਸੋਚ ਅੰਦਰ ਤੱਕ ਗਈ ਹੋਣੀ ਆ। ਤੂੰ ਬਹੁਤ ਚੋਲਾ। ਇਹ ਗੱਲ ਨਾ ਕਰ, ਤੇਰੇ ਵਾਲੇ ਮੇਰੇ ਨਾਲ ਵੱਡੇ ਆ। ਉਹ ਜੇ ਰਕਸ਼ੇ ਦੇ ਸੇਕ ਨਾ ਹੋਵੇ ਸੀਟ ਥੱਲੇ ਤੇ ਇੰਜਣ ਹੁੰਦਾ। ਉਹ ਤੇ ਪਰੇਸ਼ਾਨ ਨਹੀਂ ਹੋਣਾ, ਇਹ ਤੁਹਾਡੇ ਸਹੁਰੇ ਕੋਲ ਬਿਲਕੁਲ ਟਾਈਮ ਹੈ ਨੀ, ਇੰਨੀ ਬੱਚੀ ਆ ਇਹਦੇ ਕੋਲ ਕੰਮ ਵਾਲੀ। ਅੱਛਾ ਜੀ। ਆ ਜਿੱਦਾਂ ਨਾਈ ਨੀ 25 ਕ ਤੇਗਾ ਲਾਈਨ ਸਿਰ ਲਾ ਕੇ ਮਸਾਲੇ ਪਾਉਂਦਾ ਰਹਿੰਦਾ, ਪੁੱਤਰ ਏਦਾਂ ਹੀ ਇਹਦਾ ਕਾਰੋਬਾਰ ਆ। ਇਹ ਸਾਰੀਆਂ ਬੱਚੀਆਂ ਲਾਈਨ 'ਚ ਲਾ ਕੇ ਘੋੜੀ ਬਣਾ ਕੇ ਇੱਕੋ ਵਾਰੀ। ਇਹ ਸਾਲੇ ਪਤਾ ਨੀ ਇੱਕ ਦੂਜੇ ਨੂੰ ਧੋਂਦੇ ਰਹਿੰਦੇ ਪਹਿਲੋਂ। ਉਹ ਤੁਹਾਨੂੰ ਕਿੱਦਾਂ ਪਤਾ ਹੋਏ? ਗੋਰਾ ਚਿੱਟਾ, ਗੋਰਾ ਚਿੱਟਾ। ਚਲੋ ਇੱਧਰ ਹੋ ਜਾਓ ਤੁਸੀਂ। ਇਹਦੀ ਸੁਣੀ ਗਈ ਇਹਦੀ ਲੋਕਾਂ ਲੋਕਾਂ ਦੀਆਂ ਅੱਖਾਂ ਚਿੱਟੀਆਂ ਹੁੰਦੀਆਂ, ਤੁਹਾਡੀਆਂ ਉਹ ਵੀ ਪੀਲੀਆਂ ਵਾ ਜੀ ਜਾਨ। ਕੀ ਹੋਇਆ ਤੈਨੂੰ? ਤੇਰੇ ਪਤਾ ਤੇਰੀ ਮਾਂ ਨੇ ਤੈਨੂੰ ਬਦਦੁਆ ਦਿੱਤੀ ਸੀ ਯਾਰ, ਧੀ ਤੇਰਾ ਘੁੰਡ ਸੂਰ ਹੀ ਚੁੱਕੇਗਾ। ਅੱਜ ਉਹ ਟਾਈਮ ਆ ਗਿਆ। ਮੈਂ ਗੋਰਾ ਚਿੱਟਾ ਕਿਹਾ ਸੀ, ਇਹ ਤਾਂ ਕਾਲਾ ਵਾ। ਨਹੀਂ ਨਹੀਂ, ਇਹਨੂੰ ਬਲੈਕਨੈਸ ਨਹੀਂ ਕਹਿੰਦੇ। ਤੇ ਕੀ ਕਹਿੰਦੇ ਨੇ ਇਹਨੂੰ? ਮੌਸਮ ਦੀ ਚੇਂਜਿੰਗ ਦੀ ਵਜ੍ਹਾ ਨਾਲ ਸਕਿਨ ਦਾ ਮਸਲਾ ਬਣਿਆ। ਤੇਰਾ ਤੇ ਮੂੰਹ ਏਡਾ ਕਾਲਾ, ਫਿਰ ਕਿੱਡੀ ਕਾਲਾ ਹੋਣਾ ਵਾ ਉਹ? ਕਾਲਾ ਨਹੀਂ ਨਹੀਂ, ਮੈਂ ਹੁਣ ਕੀ ਕਰਦਾ ਜਿਵੇਂ ਮਰਿਆ ਗਰਮ ਕੰਡਿਆ। ਕੀ ਕੇਅਰ ਕਰਦਾ ਹੁਣ? ਲੈਟ ਵਰਗਾ ਉਹ ਜਿਹੜੀ ਸੜੀ ਆ। ਐ ਸ਼ਾਹ ਜ਼ੋਰ ਔਰਤ ਮੇਰੇ ਵੀਰਾਂ ਨੂੰ ਗੱਲਾਂ ਚਲਾ, ਮੈਂ ਦਰਸ਼ਨ ਦੇ ਕੇ ਆਇਆ। ਮੈਂ ਗੱਲ ਮੁਕਾ। ਜਿਵੇਂ ਜੱਦੀ ਪੁਸ਼ਤੀ ਹਕੀਮ, ਜੱਦੀ ਪੁਸ਼ਤੀ ਚੌਧਰੀ, ਜੱਦੀ ਪੁਸ਼ਤੀ ਹਰਾਮ ਦਾ। ਜਿਹੜੇ ਹਰਾਮ ਦੇ ਹੁੰਦੇ ਆਪਣੇ ਰੰਗ ਤੋਂ ਪਛਾਣੇ ਜਾਂਦੇ। ਹੁਣ ਦੱਸੋ ਕਾਲੂਆ, ਲਾਣੇ ਤਾਂ ਤੁਹਾਡੇ ਤੇ ਹਰਾਮ ਦਾ ਬੰਦਾ ਫੁੱਲ ਵੀ ਤਾਂ ਸਕਦਾ ਹੀ ਆ। ਮੇਰੀ ਗੱਲ ਸੁਣ, ਤੇ ਨਾ ਕਾਲਾ ਕਿਉਂ ਹੈ? ਅਸਲ ਵਿੱਚ ਨਾ ਮੈਂ ਪੰਜਾਬੀ ਫਿਲਮ ਦੇਖ ਕੇ ਆਇਆ ਸੀ, ਘਰ ਆ ਕੇ ਮੇਰੇ ਕੋਲ ਚੈਰੀ ਖਾਧੀ ਗਈ, ਸਾਈਡ ਇਫੈਕਟ ਹੋ ਗਿਆ। ਬਾਅਦ 'ਚ ਪਤਾ ਲੱਗਾ ਨਾ ਚੈਰੀ ਬਲੋਸਮ ਸੀ। ਜੀ ਮੈਂ ਆਪਸੇ ਪਿਆਰ ਕਰਤਾ ਹੂੰ। ਅਰੇ ਹੋ ਜਾਓ ਭਾਜੀ। ਬਹੁਤ ਸੇਫ ਮਾਰ।
ਕਰਦਾ ਮੈਂ ਹੈਰਾਨ ਆ, ਐਡਾ ਵੱਡਾ ਗਾਣਾ ਟਕੇ ਦਾ ਬੰਦਾ ਨਹੀਂ ਇਹ। ਉਹ ਭਾਈ ਓਏ ਕੀ ਰਿਹਾ, ਨਹੀਂ ਚਾਚਾ ਜੀ ਕੋਈ ਗੱਲ ਨਹੀਂ, ਖੈਰ ਆ ਭਮੜਿਓ।